ਪਹਾੜੀ ਖੇਤਰਾਂ ਵਿੱਚ ਹੋ ਰਹੀ ਬਰਫ਼ਬਾਰੀ ਅਤੇ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਜਿੱਥੇ ਤਾਪਮਾਨ ਤੇ ਇਸਦਾ ਅਸਰ ਹੋਇਆ ਹੈ ਉੱਥੇ ਲੋਕਾਂ ਦਾ ਘਰ ਤੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਠੰਡ ਇੰਨੀ ਵੱਧ ਗਈ ਹੈ ਕਿ ਹੁਣ ਪੰਛੀ ਵੀ ਮਰਨ ਲੱਗ ਪਏ ਨੇ। ਜੇਕਰ ਅਸੀਂ ਗੱਲ ਕਰੀਏ ਲੁਧਿਆਣਾ ਦੇ ਰੋਜ਼ ਗਾਰਡਨ ਅਤੇ ਰੱਖ ਬਾਗ ਦੀ ਤਾਂ ਬਰਸਾਤ ਅਤੇ ਸਰਦੀ ਦੇ ਕਾਰਨ ਇੱਥੇ ਵੱਡੀ ਗਿਣਤੀ ਵਿੱਚ ਪੰਛੀ ਖਾਸ ਕਰ ਕਬੂਤਰ ਅਤੇ ਕਊਏ ਮ੍ਰਿਤ ਹਾਲਤ ਵਿੱਚ ਪਾਏ ਗਏ। ਕੁਦਰਤ ਦੇ ਇਸ ਕਹਿਰ ਦੇ ਅੱਗੇ ਹੁਣ ਪੰਛੀ ਬੇਬਸ ਦਿਖਾਈ ਦੇ ਰਹੇ ਨੇ। ਔਰ ਬਹੁਤ ਠੰਡੀ ਹੋ ਰਹੀ ਹੈ, ਇਸ ਲਈ ਪੰਛੀ ਵਗੈਰਾ ਮਰਦੇ ਹੈ। ਸਾਨੂੰ ਦੇਖਿਆ ਗਿਆ ਕਿ ਬਹੁਤ ਕੁਝ ਦੇਖਿਆ ਕਿ ਪੰਛੀ ਮਰ ਰਹੇ ਹੈ, ਅੰਦਰ ਜਾ ਕੇ ਦੇਖੋ ਯਾਨੀ ਕਿ ਬਰਸਾਤ ਔਰ ਠੰਡ ਇਤਨੀ ਹੋ ਗਈ ਕਿ ਪੰਛੀ ਜ਼ਿਆਦਾ ਹੋ ਰਹੀ ਹੈ, ਹਵਾ ਵੀ ਬਹੁਤ ਜ਼ਿਆਦਾ ਚਲੀ ਗਈ, ਇਸ ਲਈ ਪੰਛੀ ਮਰ ਰਹੇ ਜੀ। ਹਾਂਜੀ, ਹਮਨੇ ਦੇਖਿਆ ਜੋ ਹਮ ਬਤਾ ਰਹੇ ਹੈ ਜੀ, ਸੁਬਹ ਹਮ ਘੁੰਮਣ ਆਤੇ ਹੈ, ਸੈਰ ਕਰਨ ਆਤੇ ਹੈ। ਬਾਰਿਸ਼ ਕੇ ਬਾਅਦ ਕਿਤਨੇ ਪੰਛੀਆਂ ਮਰੀ ਹੋਈ ਪਾਈ ਗਈ ਹੈ ਅਭੀ ਤੱਕ? ਦੋ अभी तक आपने चेक किया, और भी मिल सकते हैं? अब चेक कर लो, अब मिले तो आपकी आपको ऊपर है। क्या लगता है आपको कैसे मरी है ये पंछिया? ठंडी में, ठंडी बारिश हो रही है। आप यहाँ पे क्या काम करते हो? शो करते हैं जी। कितने आए हो तो की देखने मिले था? मैं इतने रख बाग आया तो मैंने इतने कबूतर मरे हुए दिसे ही। तो की लग रहा है कि मरे हुए हैं? ठंड कारण बहुत ज्यादा ठंड हुई ओदे करके, या फिर इतनी केयर नहीं हुई सही ढंग ना। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।